ਮਹਿਮਾਨਿਆਂ ਤੇ ਖੁਸ਼ਾਮਦੀ ਤੇ ਮਾਨੁੱਲਾ ਦੀ ਜ਼ਿੰਦਗੀ ਦੀ ਯਾਦਾਂ ਤੇ ਹਾਸੇ ਲੈ ਕੇ ਮੈਂ ਨਾਇਆਬ ਫਾਇਜ਼ਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਨਾਜ਼ਰੀਨ, ਇਸ ਸ਼ੋਅ ਦੇ ਤੁਸੀਂ ਸਾਰੇ ਤੇ ਮੁੰਤਜ਼ਰ ਹੁੰਦੇ ਹੋ, ਅਸੀਂ ਵੀ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਹਾਂ, ਕਿਉਂ ਜੇ ਇਸ ਸ਼ੋਅ ਰਾਹੀਂ ਅਸੀਂ ਮਾਨੁੱਲਾ ਨੂੰ ਜ਼ਿੰਦਾ ਵੀ ਰੱਖਦੇ ਹਾਂ ਤੇ ਉਹਨਾਂ ਨੂੰ ਯਾਦ ਵੀ ਕਰ ਸਕਦੇ ਹਾਂ। ਅੱਜ ਦੇ ਸ਼ੋਅ ਵਿੱਚ ਸਾਡੇ ਕੋਲ ਇੱਕ ਬੜੀ ਮਜ਼ੇਦਾਰ ਆਈਟਮ ਮੌਜੂਦ ਹੈ। ਸਾਨੂੰ ਲੱਭੀ ਹੈ ਮਾਨੁੱਲਾ ਸਾਹਿਬ ਦੀ ਇੱਕ ਫੋਟੋਕਾਪੀ ਤੇ ਅਸੀਂ ਸੋਚਿਆ ਕਿ ਕਿਉਂ ਨਾ ਉਹਨਾਂ ਨੂੰ ਸ਼ੋਅ ਤੇ ਬੁਲਾਇਆ ਜਾਏ ਤੇ ਚਲੋ ਤੁਹਾਨੂੰ ਉਹਨਾਂ ਦੇ ਕੋਲ ਲੈ ਕੇ ਚੱਲਨੇ ਆ। ਜੀ ਵਾਲੇਕਮ ਸਲਾਮ, ਕੀ ਹਾਲ ਹੈ? ਅੱਲਾ ਖੈਰ, ਮੈਂ ਤੇ ਡਰ ਰਹਾ ਪਿਆ, ਤਸਵੀਰ ਚੋਂ ਤੇ ਨਹੀਂ ਬਾਹਰ ਆ ਕੇ ਬਹਿ ਗਏ। ਤਾਬ ਸਾਹਿਬ, ਤੁਸੀਂ ਮੈਨੂੰ ਪਛਾਣ ਨਹੀਂ ਰਹੇ? ਐਡਾ ਗੋਰਾ ਤਾਂ ਮਾਨੁੱਲਾ ਕਦੇ ਵੀ ਨਹੀਂ ਸੀ, ਮਰ ਕੇ ਮੈਨੂੰ ਲੱਗਦਾ ਗੋਰੇ ਹੋ ਗਏ। ਮੇਰੀ ਗੱਲ ਸੁਣੋ, ਇਹ ਮਾਸਕ ਪਾ ਕੇ ਕਿਉਂ ਬੈਠੇ ਹੋਏ ਹੋ? ਕੋਵਿਡ ਚੱਲਣ ਦੇ, ਤੁਸੀਂ ਤਾਂ ਸਾਰੇ ਕੂੜ। ਜੇ ਮੈਂ ਨਹੀਂ ਮਾਸਕ ਲਾਇਆ ਤੇ ਤੂੰ ਕਿਉਂ ਲਾਇਆ ਵੀ? ਉਹ ਤੂੰ ਤਾਂ ਬਾਦਸ਼ਾਹ ਆਦਮੀ ਹੈ, ਝਟਕਾ ਆਦਮੀ ਹੈ ਯਾਰ, ਤੇਰੇ ਕੋ ਕਰੋਨਾ ਨੇ ਕੀ ਕਰਨਾ ਆ ਕੇ? ਅੱਛਾ, ਸਭ ਤੋਂ ਵੱਡੀ ਮਮਾਸਲਤ ਪਤਾ ਕੀ ਹੈ? ਜੀ ਜੀ, ਇਹਦੇ ਚ ਔਰ ਅਸਲੀ ਇਮਾਨੁੱਲਾ ਜੀ ਬਦਤਮੀਜ਼ੀ। ਮੈਂ ਪ੍ਰੋਡਿਊਸਰ ਸਾਹਿਬ ਤੁਹਾਨੂੰ ਇੱਕ ਗੁਜ਼ਾਰਿਸ਼ ਕਰ ਰਿਹਾ, ਅਗਲੇ ਸ਼ੋਜ਼ ਵਿੱਚ ਇਹ ਫੋਟੋਕਾਪੀ ਨਹੀਂ ਤੇ ਉਤਾਰ ਸਾਰਾ ਕੁਝ ਇੱਥੇ, ਔਰ ਇਹ ਇਮਾਨੁੱਲਾ ਦਾ ਮੁੰਡਾ ਹੈਗਾ ਟੀਪੂ, ਯੂ نو ਟੀਪੂ, ਟੀਪੂ ਮਾਮਾ, ਟੀਪੂ ਸਾਹਿਬ ਜੀ ਤੇ ਸੁਪਰ ਰਸਮ ਨਿਕਲੇ, ਵਾਹ ਵਾਹ। ਔਰ ਟੀਪੂ ਦਾ ਕਮਾਲ ਹੈ ਕਿ ਅਮਾਨੁੱਲਾ ਦੇ ਲਾਤਾਦਾਦ ਬੱਚਿਆਂ ਚੋਂ ਇਹ ਵਾਹਿਦ ਹੈ ਜਿਹੜਾ ਡਿਟੋ ਬਾਪ ਦੀ ਕਾਪੀ ਵੀ ਕਰਦਾ ਹੈ, ਰਿਜ਼ੈਂਬਲ ਕਰਦੇ ਹੈ ਉਹਦਾ ਮੈਨਰਿਜ਼ਮ, ਉਹਦੀ ਲੈਂਗੁਏਜ, ਉਹਦਾ ਡਾਇਲੈਕਟ ਔਰ ਉਹਦਾ ਰਿਐਕਸ਼ਨ, ਰਿਐਕਸ਼ਨ ਜਿਸ ਤਰ੍ਹਾਂ ਰਿਐਕਟ ਕਰਦਾ ਸੀ, ਦਿਸ ਇਜ਼ ਰਿਮਾਰਕੇਬਲ ਟੀਪੂ। ਮਜ਼ੇਦਾਰ ਹੈ ਕੰਮ, ਔਰ ਤੇਰਾ ਕਸੂਰ ਨਹੀਂ ਕਿ ਤੂੰ ਫਿੱਕਾ ਹੈਗਾ, ਕਿਉਂਕਿ ਇਟ ਰਨਸ ਇਨ ਦਾ ਜੀਨਸ। ਭਾਈ ਬੜਾ ਹੀ ਗੁੱਸਾ ਆਉਂਦਾ ਸੀ ਮਾਨੁੱਲਾ ਸਾਹਿਬ ਨੂੰ ਜਦੋਂ ਤੁਸੀਂ ਫਿੱਕਾ ਕਹਿੰਦੇ ਸੋ। ਉਹ ਫਿੱਕਾ ਹੋ ਕੇ ਵੀ ਉਹਨੇ ਪੂਰਾ ਸਬ ਕੰਟੀਨੈਂਟ ਹਿਲਾ ਕੇ ਰੱਖ ਦਿੱਤਾ। ਓਏ ਹੋਏ, ਜੇ ਉਹ ਮਿੱਠਾ ਹੁੰਦਾ ਤੇ ਕੀ ਹੁੰਦਾ, ਕੀ ਹੋਣਾ ਸੀ ਯਾਰ। ਉਫ, ਕੀ ਕਹਨੇ ਵੱਡੀ ਦੁਨੀਆ। ਮੈਂ ਕਿਹਾ ਖਾਨ ਸਾਹਿਬ ਬਿਸਮਿਲਲਾ, ਕਿਉਂ ਜੀ ਜਿਵੇਂ ਦਿਲ ਤੇ ਪੱਥਰ ਰੱਖ ਕੇ ਮੈਂ ਤੈਨੂੰ ਰਾਣਾ ਕਰਨਾ ਨਾ, ਮੇਰਾ ਅੱਲਾ ਜਾਣਦਾ ਹੈ। ਇਹ ਗੱਲ ਵੀ ਉਹ ਕਰ ਚੁੱਕਿਆ ਹੈ, ਤਾਰੀਆਂ ਕੋ ਅਮਾਨੁੱਲਾ ਨੇ ਕੀਤੀ ਸੀ ਕਿ ਔਰ ਹਾਲਾਂਕਿ ਸ਼ੁਕਰੀਆ ਅਦਾ ਕਰ ਰਿਹਾ ਸੀ ਕਿਸੇ ਵਜ੍ਹਾ ਨਾਲ, ਇਹਨੇ ਬੜਾ ਫੇਵਰ ਕੀਤੀ ਮੈਨੂੰ ਲੈ ਕੇ ਆਇਆ ਬਾਹਰੋਂ, ਤੇ ਮੈਂ ਕਿਹਾ ਜੀ ਕੌਣ ਲੈ ਕੇ ਆਇਆ? ਖਾਨ ਸਾਹਿਬ ਤੁਹਾਡੀ ਕਿਹਨੇ ਖਿਦਮਤ ਕੀਤੀ? ਬੱਬੂ ਰਾਣਾ, ਰਾਣਾ ਸਾਹਿਬ ਬੜੀ ਮਿਹਰਬਾਨੀ, ਪਤਾ ਨਹੀਂ ਕਿਸ ਦਿਲ ਨਾਲ ਮੈਂ ਤੈਨੂੰ ਰਾਣਾ ਕਹਿੰਦਾ। ਮੈਂ ਤੇਰੀ ਬੇਗਮ ਵੀ ਤੈਨੂੰ ਰਾਣਾ ਹੀ ਕਹਿੰਦੀ, ਮੈਂ ਕਿਹਾ ਨਹੀਂ ਉਹ ਮੇਰਾ ਨਾਮ ਲੈਂਦੀ, ਉਹਨੂੰ ਤੇ ਨਹੀਂ ਦੱਸਿਆ ਤੂੰ? ਮੈਂ ਦੱਸਿਆ ਨਾ, ਉਹਦੇ 'ਚ ਇੱਕ ਅਜੀਬ ਜਿਹਾ ਬੰਦ ਦੁਕਾਨ ਦੇ ਖਿਲਾਰ ਲੈ ਤੇ ਵੇਖ ਕੇ ਕਹਿ ਰਹੇ ਨੇ ਬੰਦ ਦੇ, ਤੇ ਮੈਂ ਕਿਹਾ ਸਾਜੀ ਤੇ ਦੂਰੋਂ ਨਜ਼ਰ ਆ, ਸਮਝੀ ਦਾ ਹੁੰਦਾ ਹੈ ਗੱਡੀ ਦਾ ਕੋਈ ਨਵਾਂ ਮਾਡਲ ਆਉਣਾ, ਤੇ ਬੜੇ ਸ਼ੌਕੀਨ ਸਨ, ਦੇਖਦੇ ਸੀ ਹੋਂਡਾ ਸਿਵਿਕ ਦਾ ਨਵਾਂ ਮਾਡਲ ਆਇਆ, ਉਹ ਮੈਨੇਜਰ ਨੇ ਸਪੈਸ਼ਲ ਕਾਲ ਕੀਤੀ, ਉਹਨੇ ਕਿਹਾ ਮਾਨ ਸਾਹਿਬ ਆਓ ਆ ਕੇ ਮਾਡਲ ਦੇਖੋ, ਤੇ ਸੁਬਹੇ ਸੁਬਹੇ ਚਲੇ ਗਏ ਸ਼ੋਰੂਮ ਦੇ ਬਾਹਰ ਜਾ ਕੇ ਦੇਖਿਆ ਤੇ ਗੱਡੀ ਦੇ ਆਲੇ ਦੁਆਲੇ ਨਾ ਬੜਾ ਰਸ਼ ਲੱਗਾ ਹੈ। ਖਾਨ ਸਾਹਿਬ ਕਹਿੰਦੇ ਮਾਸ਼ਾਅੱਲਾ ਗੱਡੀ ਫੋਤ ਹੋ ਗਈ ਹੈ, ਸਪੋਂਟੇਨੀਅਸ ਗੱਲ ਕਰਦੇ ਸਨ ਨਾ, ਉਹਦਾ ਕੋਈ ਜਵਾਬ ਨਹੀਂ। ਉਹ ਮਾਸੂਮੀਅਤ 'ਚ ਵੀ ਵੇਖਦੇ ਸੀ ਸਾਹਮਣੇ ਕਿਹੜਾ ਬੰਦਾ, ਮੈਂ ਕੀ ਕਹਿ ਰਿਹਾ। ਬੈਰੀਆ ਟਾਊਨ ਹੋਸਪਿਟਲ ਤੇ ਇੱਕ ਜੂਸ ਉਹਨਾਂ ਨੂੰ ਡੇਲੀ ਡਾਕਟਰ ਨੇ ਰਿਕਮੈਂਡ ਕੀਤਾ ਸੀ, ਉਹ 800-900 ਰੁਪਏ ਦਾ ਆਉਂਦਾ ਸੀ, ਉਹਨਾਂ ਨੇ ਕਿਹਾ ਮਲਟੀਵਾਈਟਾਮਿਨਸ ਨੇ ਤੁਸੀਂ ਡੇਲੀ ਪੀਣਾ। ਉਹ ਜੂਸ ਹੁਣ ਖਾਨ ਸਾਹਿਬ ਦੇ ਸਰਾਣੇ ਪਿਆ, ਅਤੇ ਉਹਨਾਂ ਦਾ ਇੱਕ ਦੋਸਤ ਹੈ ਬੜਾ ਮੌਜ਼ਜ਼ ਆਦਮੀ ਰਾਣਾ ਅਮਜਦ, ਉਹ ਰਾਣਾ ਅਮਜਦ ਖਲੋਤਾ ਅਤੇ ਸੁਣਾਓ ਰਾਣਾ ਸਾਹਿਬ ਕੀ ਹਾਲ ਹੈ? ਠੀਕ ਹੋ? ਅੱਛਾ, ਮੈਂ ਹੁਣ ਸੌਣ ਲੱਗਾ ਅਤੇ 20 ਰੁਪਏ ਲੈ ਸਮਝ ਕੇ ਪੀਣਾ ਜਾਣਾ। ਸ਼ਰਮਿੰਦਾ ਹੋ ਗਿਆ, ਕਹਿੰਦਾ ਸਮਝ ਕੇ ਇੱਕ ਦੌਰ ਦੇ ਵਿੱਚ ਮਾਨ ਸਾਹਿਬ ਦੇ ਨਾਲ ਨਾ ਸਰ ਛੋਟੀ ਛੋਟੀ ਆਈਟਲ ਹੈ, ਬੜੇ ਹੀ ਕੋਡੂ, ਬੱਬੂ ਭਾਈ ਜਾਣਦੇ ਹੋਣਗੇ, 7-8 ਕੋਡੂ ਅਤੇ ਅਲਹਮਰਾ ਖਾਨ ਸਾਹਿਬ ਦੀ ਗੱਡੀ ਦੇ ਅੰਦਰ ਸੁੱਤੇ ਨੇ। ਪਿਛੇ ਕੋਲ ਆ ਕੇ ਕਹਿੰਦੇ ਮਾਸ਼ਾਅੱਲਾ ਮੈਨੂੰ ਲੱਗਦਾ ਮੇਰੀ ਗੱਡੀ 'ਚ ਬਿੱਲੀ ਬੱਚੇ ਦੇ ਗਈ ਹੈ। ਯਾਰ, ਇਸ ਤੋਂ ਵੀ ਜ਼ਿਆਦਾ ਖੌਫਨਾਕ ਗੱਲ ਮੈਂ ਕੀਤੀ ਸਟੇਜ ਤੇ, ਉਹ ਇੱਕਦਮ ਇੱਕ ਛੋਟਾ ਜਿਹਾ ਕੋਡੂ ਆਇਆ ਜੋ ਕਲਾਊ ਛੋਟੇ ਛੋਟੇ ਹੋਣੇ ਸਰਕਸ ਵਾਲੇ ਜਿਹੇ, ਉਹ ਆਏ ਇੱਕ ਫੰਕਸ਼ਨ 'ਚ, ਉਹ ਨਹੀਂ ਸੀ ਥੀਏਟਰ ਨਹੀਂ ਸੀ, ਉਹ ਫੰਕਸ਼ਨ 'ਚ ਆਏ ਤੇ ਕੋਲ ਦੌੜ ਕੇ ਕਿੱਧਰੋਂ ਆ ਗਿਆ ਕਿੱਧਰੋਂ ਆ ਗਿਆ ਅਤੇ ਕੋਲ ਆਖੜ ਹੋ ਗਿਆ, ਅਤੇ ਇੱਧਰ ਕਹਿੰਦੇ ਮਾਸ਼ਾਅੱਲਾ ਇਹ ਆਲਮ ਚੰਨਾ ਦੀ ਭਾਨ ਕਿੰਨੇ ਤੁੜਾਈ। ਬਸ ਉਮੀਦੀਨ ਤਾਂ ਆਏ 94 ਕਿ 95 'ਚ ਨਾ, ਇਹ ਬੜੇ ਮਸ਼ਹੂਰ ਕ੍ਰਿਕਟਰ ਅਬਦੁਲ ਕਾਦਰ ਸਾਹਿਬ, ਅਬਦੁਲ ਕਾਦਰ ਸਾਹਿਬ ਅਲਹਮਰਾ ਡਰਾਮਾ ਖਤਮ ਕੀਤਾ ਅਤੇ ਖਾਨ ਸਾਹਿਬ ਦਾ ਇੱਕ ਪ੍ਰੋਬਲਮ ਸੀ, ਉਹ ਸ਼ੋਬਿਜ਼ ਦੇ ਇਲਾਵਾ ਕਿਸੇ ਨੂੰ ਵੀ ਪਹਿਚਾਣਦੇ ਸੀ, ਅਤੇ ਅਬਦੁਲ ਕਾਦਰ ਸਾਹਿਬ ਡਰਾਮਾ ਦੇਖਣ ਆਇਆ ਅਲਹਮਰਾ ਅਤੇ ਆ ਕੇ ਨਾ ਅੰਧੇਰਾ ਹੈਗਾ ਸੀ ਥੋੜ੍ਹਾ, ਖਾਨ ਸਾਹਿਬ ਦੇ ਸਾਹਮਣੇ ਖੜ੍ਹੇ ਹੋ ਗਏ ਐਂ 'ਚ, ਕਹਿੰਦੇ ਖਾਨ ਸਾਹਿਬ ਮੈਨੂੰ ਪਹਿਚਾਣੋ, ਇਹ ਮਾਨ ਸਾਹਿਬ ਹੁਣ ਸੀਰੀਅਸ ਨੇ, ਤੁਸੀਂ ਖਾਨ ਸਾਹਿਬ ਤਾਰੀ ਖਾਨ ਸਾਹਿਬ ਦੇ ਛੋਟੇ ਭਾਈ ਤਾਂ ਨਹੀਂ ਜਾ ਰਹੀ ਖਾਨ?
अच्छा वो अगो कहते खान साहब वो कौन है, वो तबला बजाते ने ना। अरे यार मासूमियत की इंतहा देखो, खान साहब मुझे नहीं जानते, कहते मैं मैच भेजता ही नहीं, पता ही नहीं तुझे अब्दुल कादिर हो। अब्दुल कादिर क्या स्पिनर थे, क्या बात, बड़े अच्छे दोस्त थे, क्या क्रिकेटर थे और क्या अच्छा इंसान, वेरी गुड ह्यूमन बीइंग। जवेद साहब ताडे नाल की एक्सपीरियंस रहा है मानुल्ला साहब का? आफताब की करदा हुंदा सी, किहो जिहा स्टूडेंट सी, उत्थे दीआं की हरकतां सी, इह किवें करदा सी, सारीआं गल्लां इह दसदा रहा। उकदा अज खुलिया जावेद तू मैं एक्सपेक्ट करना हमेशा गद्दार सिफत इंसान। वैसे एक गल है, मैं हमेशा सुने जावेद नू लोकन दस दे के आफताब लड़ाका बॉस सी, बहुत लड़दा सी, आलमोस्ट डेली या स्कूल दे गेट ते या बस इच या किसी स्टॉप ते या क्लास इच ये नहीं दसदा कि मेरी लड़ाई दिया 80% वजूहात की सन। ओ की सन जी? ये ना कुछ पूछो ना इबरतनाक गल कर जांदा हुंदा सी क्योंकि इत्थे पढ़दा बहुत हुंदा सी। अच्छा, तो सारी जुगाली स्कूले आ करदा सी। मैं ते इंदी कार्ड कट कट के, वरना मैं बड़ा ब्रिलियंट स्टूडेंट हुंदा और मेरी ठीक ठाक इस वजह ना बदनामी सी। अच्छा, मैं इन्ना इरेटिक शायद ना हुंदा, और मैं हाँ रियल लाइफ विच खिज जाना, उलझदे रहना, जल्लाहट अपनी क्लास फ्रैक्चर हो गई, मैं स्कूल नहीं जा सकिया, मेरी वालदा फोत हो गए, मैं स्टडी कंटिन्यू नहीं कर सकिया, लेकिन उन्होंने जी विजडम सी वो सर स्कूल यूनिवर्सिटी तो घट थोड़ी सी। ओहो, तो ऐसी ऐसी विजडम की गल, ऐसी ऐसी कमाल की गल, और ऐसे ऐसे शेर जो अच्छा? मैं सुनांदा सा ना जी जी, और मैं हैरान हो जाता सा कि उनकी डेप्थ तक, शेर की डेप्थ तक पहुँचता ही अमानुल्लाह से। कई बार तुम कहें एक बार फिर अता हुए थे, रो पेंदे सी, ही क्राइड मेनी अ टाइम, मेनी ए शेर जड़ा ने एकरी फिर सुना और लरजा तारी हो जांदा सी, रोंदा पेंदे सी, रोंदे सन वो, खास तौर ते वो जड़ा नॉस्टैल्जिया तुसी जड़ा शेर सुनांदे सी ना, जो वो मुंडेर पे, हां कबूतर मेरे, उस शेर वो अपने आप से बाहर हो जांदे सी, वो समझदे सन के शेर उन्ना दा, तेरे वो शेर ते जरा आता हो जाए ना, ठीक है कौन था वो, इजाजत दे जनाब, बिस्मिल्लाह सर, क्या बात है, बड़ी तकलीफ हुंदी ने शेर, आज नहीं तुसी पूछना, कौन था वो जो रहा अपने शबो रोज में गुम, कौन था वो जो रहा अपने शबो रोज में गुम, मर गए जिसकी मंडेरों पे कबूतर मेरे। बड़ा वैसे जानलेवा शेर है, ज़फर साहब ने भी बाज़ औक़ात शायरी इस कदर डिप्रेसिंग कीती है, नॉर्मली नहीं, वो बड़े शोक और बड़े चंचल शेर ने उन्हें दे, लेकिन रुला देना भी इन्हें ते खत्म है गए इलाके तो लोकी हार्डली एक या दो बंदे मिलेंगे उस पूरे रेडियस तुसी कर लो ना एक खास उन्दे विच जेड़े प्रॉपर उर्दू बोल सकें सिर्फ उर्दू
ਮੇਰਾ ਕਜ਼ਨ ਸੀ ਮੇਰੇ ਨਾਲ ਕਨਵੈਂਟ ਸੇਂਟ ਮੈਰੀਜ਼ ਕਨਵੈਂਟ ਵਿੱਚ ਤੇ ਉਹਨੇ ਸਭ ਤੋਂ ਪਹਿਲੇ ਕਿਹਾ ਸੀ ਕਲਾਸ ਦੇ ਵਿੱਚ ਹਾਲਾਂਕਿ ਆਪਣੇ ਵੱਲੋਂ ਬੜਾ ਸਿਆਣਾ ਪੜ੍ਹਾ ਲਿਖਾ ਜੋ ਬੰਦਾ ਸੀ ਉਹਨੇ ਕਿਹਾ ਹੂ ਡਿਡ ਆਲ ਦਿਸ ਯੂ ਸਰ ਐਕਚੁਅਲੀ ਇਟ ਵਾਜ਼ ਨਾਟ ਮੀ ਇਟ ਵਾਜ਼ ਹਿਮ ਸਰ ਉਹ ਜਿਹੜੀਆਂ ਉਕਾੜੇ ਨੂੰ ਲੈ ਕੇ ਗੱਲਾਂ ਦੱਸਦੇ ਸੀ ਉਹ 'ਚ ਕਿੰਨੀ ਸਦਾਕਤ ਸੀ ਮਾਨ ਸਾਹਿਬ ਇੱਕ ਜ਼ਮਾਨਾ ਸੀ ਕਿ ਪਤਾ ਕੀ ਚੀਜ਼ ਇੰਨੀ ਬੁਰੀ ਨਹੀਂ ਹੁੰਦੀ ਜਦੋਂ ਬਦਨਾਮ ਹੋ ਜਾਏ ਨਾ ਤੇ ਫਿਰ ਉਹ ਟਿਕਾ ਕੇ ਲੋਕਾਂ ਨੂੰ ਜੋ ਜੋ ਚੀਜ਼ ਉਹ ਤਖਤਾ ਹੈ ਮਸ਼ਕ ਉਹਨੂੰ ਬਣਾ ਲੈਂਦੇ ਨੇ ਜਿਹੜੀ ਚੀਜ਼ ਉਹਨਾਂ ਦੇ ਤਸਵਰ 'ਚ ਹੁੰਦੀ ਨਾ ਕਿ ਵੀ ਇਹ ਮਸਲ ਇਹ ਕਹਿਣਾ ਕਿ ਸਵੇਰੇ ਸਵੇਰੇ ਕੁਲਫੀਆਂ ਵਾਲਾ ਜਿਹੜਾ ਜਾ ਰਿਹਾ ਹੁੰਦਾ ਉਹਨੂੰ ਲੁੱਟ ਲੈਂਦੇ ਨੇ ਔਰ ਉਹ ਥਰਮਸ ਜਿਹੜੀ ਕੁਲਫੀਆਂ ਤਾਂ ਖਾ ਲੈਣੀਆਂ ਥਰਮਸ ਦਾ ਇਸਤੇਮਾਲ ਨਹੀਂ ਆਉਂਦਾ ਐਡੇ ਉਜੜ ਨੇ ਉਹਦੇ ਸਾਰਾ ਸਾਲ ਆਟਾ ਪਾਈ ਰੱਖਦੇ ਨੇ ਰਾਹ ਜਾਂਦੇ ਬੰਦੇ ਕੋਲੋਂ ਜੋਗਰ ਉਤਰਵਾ ਲੈਂਦੇ ਨੇ ਆਪ ਪੂਰੇ ਨਹੀਂ ਆਉਂਦੇ ਉਹਨੂੰ ਵਾਪਸ ਨਹੀਂ ਕਰਨੇ ਕੱਟੇ ਨੂੰ ਪਵਾ ਲੈਂਦੇ ਜਿਵੇਂ ਸਰ ਸ਼ੇਰ ਸੁਣਾ ਰਹੇ ਅਕਸਰ ਕਹਿੰਦੇ ਹੁੰਦੇ ਸੀ ਮਾਸ਼ਾਅੱਲਾ ਬਿਲੋਂਗ ਉਸ ਏਰੀਏ ਤੋਂ ਕਰਦੇ ਨੇ ਜਿੱਥੇ ਹਲੇ ਉਰਦੂ ਰਾਏ ਜੋਣੀ ਹੈ ਇਹ ਉਸ ਇਲਾਕੇ ਤੋਂ ਆਇਆ ਜਿੱਥੇ ਅਜੇ ਵੀ ਦੋ ਦਿਨ ਬਾਅਦ ਅਖਬਾਰ ਪਹੁੰਚਦੀ ਇਹ ਉਸ ਇਲਾਕੇ ਤੋਂ ਆਇਆ ਜਿੱਥੇ ਅਜੇ ਪਿਛਲੇ ਸਾਲ ਲੋਕਾਂ ਨੇ ਬਰਫ਼ ਵੇਖੀ ਕਿ ਬਰਫ਼ ਵੀ ਯਾਨੀ ਕਮਾਲ ਦਾ ਦਸ ਕਰਦਾ ਹੁੰਦਾ ਉਹ ਮੈਂ ਕਹਿੰਦਾ ਮੇਰੇ ਨਾਲ ਅਗਰ ਆਡਾ ਨਾ ਨਾ ਲਾਂਦਾ ਤੇ ਉਹਦੀ ਕਾਮੇਡੀ 10% ਅੱਲਾ ਨੇ ਉਹਨੂੰ ਤਖਤਾ ਹੈ ਮਸ਼ਕ ਮੇਰੀ ਸ਼ਕਲ ਹੀ ਦਿੱਤਾ ਮੈਂ ਤੇ ਕਈ ਦਫਾ ਉਹਨੂੰ ਕਿਹਾ ਕਿ ਗੱਲ ਸੁਣ ਤੂੰ ਸਟੇਜ ਤੇ ਜਾਣਾ ਨਾ ਉੱਥੇ ਤੈਨੂੰ ਬੋਲਣ ਨਹੀਂ ਦਿੰਦੇ ਜ਼ਿਆਦਾ ਇਹ ਨੌਜਵਾਨ ਮੈਨੂੰ ਲੈ ਜਾਇਆ ਕਰ ਔਰ ਮੇਰੇ ਤੇ ਜੁਗਤਾਂ ਕਰਦਾ ਰਿਹਾ ਮੇਰੀ ਮਿੱਟੀ ਪਲੀਤ ਕਰ ਲੋਕੀ ਬਹੁਤਾ ਇੰਜੋਏ ਕਰਦੇ ਕਿ ਬਈ ਇਹਦੇ ਸਾਹਮਣੇ ਤੁਸੀਂ ਬੋਲਦੇ ਨਹੀਂ ਔਰ ਇਹ ਉਹਨੂੰ ਮਾਫ਼ ਨਹੀਂ ਕਰਦਾ ਮੇਰੇ ਬੱਚੇ ਘਰ ਸਭ ਤੋਂ ਜ਼ਿਆਦਾ ਇੰਜੋਏ ਉਦੋਂ ਕਰਦੇ ਨੇ ਜਦੋਂ ਨਾਲ ਉਹਨਾਂ ਦਾ ਦਾਦਾ ਬੈਠਾ ਹੋਵੇ ਓ ਅੱਛਾ ਕਿਉਂਕਿ ਉਹ ਮੈਨੂੰ ਟ੍ਰੀਟ ਇਸ ਤਰ੍ਹਾਂ ਕਰਦੇ ਨੇ ਜਿਵੇਂ ਅਮਾਨੁੱਲਾ ਮੇਰੀ ਖਿਦਮਤ ਕੀਆ ਕਰਤਾ ਥਾ ਜਸਟ ਲਾਈਕ ਦੈਟ ਉਹਦੇ ਉਹ ਸਰ ਨੂੰ ਫੜ ਲੈਂਦੇ ਹੁੰਦੇ ਸੀ ਮਤਲਬ ਸਰ ਕੋਈ ਸੀਰੀਅਸ ਗੱਲ ਕਰ ਰਹੇ ਹੁੰਦੇ ਸੀ ਉਹ ਥੋੜ੍ਹੀ ਪ੍ਰੋਲੋਂਗ ਹੁੰਦੀ ਸੀ ਤਾਂ ਪੜ੍ਹ ਲੈਂਦੇ ਸੀ ਕਹਿੰਦੇ ਮਾਸ਼ਾਅੱਲਾ ਐਂਕਰ ਬੜੇ ਨੇ ਪਿੰਡ ਹਲੇ ਵੀ ਜਾਂਦੇ ਨੇ ਕੁੱਤੇ ਨੂੰ ਰੋੜਾ ਆਪ ਮਾਰਦੇ ਨੇ ਅੱਛਾ ਜੀ ਤੁਸੀਂ ਅੱਜ ਉਹ ਕਲਿੱਪ ਦਿਖਾਉਣਾ ਚਲੋ ਜੀ ਕਲਿੱਪ ਵੱਲ ਚੱਲਨੇ ਆ ਕੁਝ ਨਾ ਕਮਰਾ ਬੈਠੋ ਬਾਬਾ ਜੀ ਜਿਵੇਂ ਰਜਬ ਅਲੀ ਖਰਾਬ ਹੋਇਆ ਬਾਬਾ ਜੀ ਆ ਗਏ ਨੇ ਅੱਛਾ ਇਹ ਕਿਸੇ ਮਜ਼ਾਰ ਸੇ ਨਹੀਂ ਆਏ ਸਰਕਸ ਕੇ ਬਾਬੇ ਲਗਤੇ ਹੈ ਖੁਸ਼ਹਾਲ ਕਿ ਨਾ ਭਾਵੇਂ ਅਕਲ ਨਹੀਂ ਖੁਸ਼ਹਾਲ ਬਹੁਤ ਬਾਬਾ ਜੀ ਹੁਣ ਮੈਂ ਕੁਛ ਆਪਣਾ ਇਰਾਦਾ ਚੇਂਜ ਕਰ ਲਿਆ ਕਿਉਂਕਿ ਹਰਾਸਮੈਂਟ ਦੇ ਕੇਸ ਹੋ ਰਹੇ ਆਪ ਪਰ ਕਿਸਨੇ ਹਰਾਸਮੈਂਟ ਕੇਸ ਕਰਨਾ ਨਹੀਂ ਮੈਂ ਅਗਰ ਹਿੱਟ ਹੋ ਗਿਆ ਤਾਂ ਜ਼ਾਹਿਰੀ ਗੱਲ ਹੈ ਲੜਕੀਆਂ ਤਾਂ ਪਿੱਛੇ ਹੁਣ ਵੀ ਹੈ ਫਿਰ ਵੀ ਹੋਣਗੀ ਅਲੀ ਜ਼ਫਰ ਹੈ ਜ਼ਰਾ ਸਮਾਰਟ ਬੱਚਾ ਉਹਦੇ 'ਤੇ ਹਰਾਸਮੈਂਟ ਤੇਰੇ 'ਤੇ ਕੋਈ ਮੱਝ ਨੇ ਕੇਸ ਕਰਾਉਣਾ ਫਿਰ ਕਿਸ ਕਦਰ ਇਹ ਤੰਗ ਕਰਤਾ ਇਹ ਸ਼ਖਸ ਜਿਹੜੇ ਬੰਦਾ ਉਹ ਕੁਤਾਇਆ ਰਹਿੰਦਾ ਇਹਨੂੰ ਕਿਧਰੇ ਲੈ ਜਾਓ ਇਹਨੂੰ ਸੈਰ ਸੂਰ ਕਰਾਓ ਨਹੀਂ ਦੇਖੋ ਨਾ ਇਹਦਾ ਖੀਸੇ ਖਾਲੀ ਕਰਕੇ ਇਹਨੂੰ ਜੰਗਲ 'ਚ ਛੱਡ ਆਓ ਅੱਛਾ ਫੌਰਨ ਮੇਰੀ ਦੁਸ਼ਮਣੀ 'ਤੇ ਉਤਰ ਆਤਾ ਇਹ ਬਾਬਾ ਤੁਹਾਡੀ ਫਿਰ ਤੂੰ ਗੈਟ ਬਦਲ ਬਦਲ ਕੇ ਆਉਂਦਾ ਸਿਆਣਾ ਆਦਮੀ ਅੱਛਾ ਬਾਬਾ ਜੀ ਦੀ ਗੱਲ ਕਿਸੇ ਹੱਦ ਤੱਕ ਠੀਕ ਹੈ ਤੁਸੀਂ ਇਹ ਮਰਾਸੀਆਂ ਨੂੰ ਆਪ ਜੀ ਛੇੜ ਕੇ ਤੇ ਚੁੱਪ ਕਰਕੇ ਆ ਕਰਕੇ ਬਾਈ ਦੇ ਮੁੜ ਕੇ ਕੁਤਖਾਨਾ ਹੋਣ ਲੱਗ ਜਾਂਦੇ ਬਾਬਾ ਜੀ ਚਾਹੇ ਸ਼ਾਇ ਪੀਓਗੇ ਨਹੀਂ ਪੁੱਤਰ ਤੈਨੂੰ ਲੱਭੀ ਜਾਂਦਾ ਆਇਆ ਬਾਬਾ ਜੀ ਕੋਈ ਕੰਮ ਵੀ ਕੀਆ ਇਸੇ ਫਜ਼ੂਲ ਫਿਰਤੇ ਰਹਤੇ ਹੋ ਨਵਾਸ਼ ਨੂੰ ਕਿੰਨੇ ਅੰਦਰ ਕਰਵਾਇਆ ਤੁਮਨੇ ਕਰਵਾਇਆ ਅਸੀਂ ਕਰਵਾਇਆ ਅਸੀਂ ਪਹਿਲੇ ਉਹਨੂੰ ਲਾਇਆ ਫਿਰ ਨਾ ਹਿਲ ਕਰਾਇਆ ਬਾਬਾ ਜੀ ਜੀ ਆਈ ਠੀਕ ਹੀ ਪੀ ਗਏ ਸਰ ਹਏ ਦੱਸ ਸਿਰਫ ਖਾਨੇ ਵਾਲ ਸ਼ਹਿਰ 'ਚ 2 ਕਰੋੜ ਮੁਰੀਦ ਆ ਮੇਰਾ ਦੱਸ ਜ਼ਰਾ ਇਹਨਾਂ ਨੂੰ ਕਿਉਂ ਚਵਲਾ ਮਾਰਨ ਦੇ ਬਾਬਾ ਜੀ 30 ਲੱਖ ਦੀ ਤਾਂ ਟੋਟਲ ਆਬਾਦੀ ਆ ਉੱਥੇ ਹਿਸਾਬ ਕਿਤਾਬ ਬਹੁਤ ਰੱਖਦਾ ਅੰਮੀ ਨਾਦਰਾ ਜੀ ਵੀ ਆਈ ਸੀ ਬਾਬਾ ਨਾ ਕਿਤੇ ਅਦਾਲਤ 'ਚ ਮੁੰਸ਼ੀ ਵੀ ਲੱਗਾ ਮੈਨੂੰ ਤਾਂ ਪਤਾ ਇਹ ਸਰਕਸ ਕਾ ਬਾਬਾ ਹੈ ਸਰਕਸ ਕਾ ਬਾਬਾ ਇਹੋ ਜਿਹਾ ਜਾਹਿਲ ਆਦਮੀ ਕੋਲ ਪੈਸਾ ਆ ਜਾਵੇ ਨਾ ਕੁੱਤਿਆਂ ਦੀ ਲੜਾਈ 'ਚ ਚੀਫ ਗੈਸਟ ਬਣ ਜਾਂਦਾ